ਅਤੇ ਜੇ ਕਿਹਾ ਜਾਵੇ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਬੱਚਿਆਂ ਦੇ ਵਿੱਚ ਕੋਈ ਟੈਲੈਂਟ ਨਹੀਂ, ਟੈਲੈਂਟ ਨਾਲ ਬੱਚੇ ਸਾਰੇ ਭਰੇ ਹੋਏ ਆ, ਕੋਈ ਇੱਦਾਂ ਦੀ ਗੱਲ ਨਹੀਂ, ਪਰ ਸਰਕਾਰ ਕਿਸੇ ਬੱਚੇ ਦੀ ਬਾਂਹ ਫੜਨ ਨੂੰ ਜਾਂ ਕੋਈ ਵੀ ਸੁਸਾਇਟੀਆਂ ਜਾਂ ਕੋਈ ਆਪਣੇ ਕਹਿ ਲਓ ਸੰਸਥਾਵਾਂ ਆ, ਉਹ ਪੜ੍ਹਨ ਲਿਖਣ ਵਾਲੇ ਬੱਚਿਆਂ ਦੀਆਂ ਮਦਦ ਕਰਨ ਨੂੰ ਅੱਗੇ ਤਿਆਰ ਨਹੀਂ ਹੋਣਗੀਆਂ ਜਾਂ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ, ਸਿਰਫ ਇੱਕ ਸਿਆਸਤ 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 ਤੋਂ ਇਲਾਵਾ ਉਹਨਾਂ ਨੂੰ ਕੁਛ ਨਹੀਂ ਆਉਂਦਾ। ਅਤੇ ਪਿਛਲੀ ਵਾਰ ਵੀ ਸਾਨੂੰ ਕਿਸੇ ਵੀ ਸੰਸਥਾ ਨੇ ਜਾਂ ਕਿਸੇ ਵੀ ਮੂੰਹਤਵਾਰ ਵਿਅਕਤੀ ਨੇ ਜਾਂ ਸਰਕਾਰੀ ਨੁਮਾਇੰਦੇ ਨੇ ਆ ਕੇ ਸਾਨੂੰ ਵਿਸ਼ ਕਰਨਾ ਵੀ ਮੁਨੱਸਰ ਨਹੀਂ ਸਮਝਿਆ ਵੀ ਅਸੀਂ ਉਹਨਾਂ ਨੂੰ ਵਧਾਈਆਂ ਦੇ ਆਈਏ। ਨਹੀਂ ਜੀ, ਮੈਂ ਅਪੀਲ ਮੈਂ ਪਰਸਨਲੀ ਆਪਣੇ ਤੌਰ 'ਤੇ ਮੈਂ ਆਪਣੇ ਬੱਚੇ ਲਈ ਨਹੀਂ ਕਰੂੰਗਾ। ਮੈਂ ਤਾਂ ਜੋ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ, ਬਹੁਤ ਬੱਚੇ ਨੇ ਇੰਟੈਲੀਜੈਂਟ, ਬਹੁਤ ਬੱਚੇ ਨੇ ਪੜ੍ਹਨ ਵਾਲੇ, ਉਹਨਾਂ ਨੂੰ ਫੰਡ ਦੀ, ਪੈਸਿਆਂ ਦੀ, ਫੀਸਾਂ ਦੀ ਬਹੁਤ ਲੋੜ ਆ। ਇਹ ਨਹੀਂ ਮੈਂ ਆਪਣੇ ਕਰਕੇ, ਤੁਸੀਂ ਆਪਣੇ ਮੁਹੱਲੇ, ਆਪਣੇ ਸ਼ਹਿਰ, ਆਪਣੇ ਬਾਜ਼ਾਰ ਦੇ ਵਿੱਚ ਹੋਰ ਬੱਚੇ ਵੀ ਦੇਖੋ। ਉਹ ਕਹਿੰਦੇ ਨਹੀਂ ਅਸੀਂ ਬੱਚੇ ਬਾਹਰ ਨਹੀਂ ਭੇਜਣ। ਤੁਹਾਨੂੰ ਇੱਕ ਬੜੀ ਹੈਰਾਨੀ ਦੀ ਗੱਲ ਇੱਕ ਮੈਂ ਹੋਰ ਸ਼ੇਅਰ ਤੁਹਾਡੇ ਨਾਲ ਕਰੂੰਗਾ ਵੀ ਸਾਡੀ ਫੈਮਿਲੀ ਦੇ ਕੋਲ ਅੱਜ ਤੱਕ ਅਸੀਂ ਸਾਡੇ ਕੋਲ ਪਾਸਪੋਰਟ ਵੀ ਨਹੀਂ ਹੈ। ਅਸੀਂ ਫੈਮਿਲੀ ਦੇ 6 ਮੈਂਬਰ ਹਾਂ, ਸਾਡੇ ਕੋਈ ਪਾਸਪੋਰਟ ਨਹੀਂ, ਸਾਡੇ ਮਨ ਦੇ ਵਿੱਚ ਕੋਈ ਚਾਹਤ ਨਹੀਂ, ਕੋਈ ਖਾਹਿਸ਼ ਨਹੀਂ ਕਿ ਅਸੀਂ ਬਾਹਰ ਜਾਈਏ। ਨਹੀਂ, ਮੇਰੀ ਜਿਹੜੀ ਬੇਟੀ ਸੀਗੀ ਉਹ ਡਿਸਟ੍ਰਿਕਟ 'ਚੋਂ ਫਸਟ ਆਈ ਸੀਗੀ 10ਵੀਂ 'ਚੋਂ, 10th 'ਚੋਂ, ਅਤੇ ਉਦੋਂ ਵੀ ਉਸ ਤੋਂ ਬਾਅਦ ਵੀ ਉਹਨੂੰ ਕੋਈ ਸਕੋਲਰ ਜਾਂ ਗੌਰਮੈਂਟ ਵੱਲੋਂ ਕੋਈ ਵੀ ਇੱਦਾਂ ਦੀ ਸੁੱਖ ਸੁਵਿਧਾ ਜਾਂ ਸਹੂਲਤ ਨਹੀਂ ਮਿਲੀ। ਥੈਂਕ ਗੋਡ ਵੀ ਮੈਂ ਮੈਰਿਡ ਚਾਈ, ਮੈਂ ਬਾਬਾ ਜੀ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ, ਅਤੇ ਪੇਰੈਂਟਸ ਦਾ ਵੀ ਥੈਂਕ ਯੂ ਕਰਦੀ ਹਾਂ, ਟੀਚਰਸ ਦਾ ਵੀ ਥੈਂਕ ਯੂ ਕਰਦੀ ਹਾਂ, ਉਹਨਾਂ ਨੇ ਮੇਰੇ ਨਾਲ ਇੰਨਾ ਸਪੋਰਟਿਵ ਬਿਹੇਵੀਅਰ ਕੀਤਾ, ਇੰਨਾ ਕੋਪਰੇਟ ਕੀਤਾ। ਏਮ ਮੇਰਾ, ਮੈਂ ਸਿਵਲ ਸਰਵਿਸ 'ਚ ਜਾਣਾ ਚਾਹੁੰਦੀ ਹਾਂ ਕਿਉਂਕਿ ਮੇਰੇ ਸਿਸਟਰਸ ਵੀ ਉਸ ਲਾਈਨ 'ਚ ਜਾ ਰਹੇ ਅਤੇ ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਹੀ ਚੱਲ ਰਹੀ ਹਾਂ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਆਏ ਨਤੀਜਿਆਂ ਦੇ ਵਿੱਚ ਇੱਕ ਵਾਰੀ ਫਿਰ ਤੋਂ ਜਿਹੜਾ ਧੀਆਂ ਨੇ ਨਾਂ ਰੋਸ਼ਨ ਕੀਤਾ ਹੈ। 10ਵੀਂ ਦੇ ਜਿਹੜੇ ਨਤੀਜੇ ਆਏ ਆ ਅਤੇ ਗੁਰਾਏ ਦੇ ਵਿੱਚ 5 ਮੈਰਿਟ ਜਿਹੜੀਆਂ ਆਈਆਂ ਹੈਗੀਆਂ, ਉਹਦੇ ਵਿੱਚੋਂ 4 ਜਿਹੜੀਆਂ ਧੀਆਂ ਨੇ ਅਤੇ 1 ਜਿਹੜਾ ਆ ਮੁੰਡੇ ਨੇ ਜਿਹੜਾ ਨਾਮ ਰੋਸ਼ਨ ਜਿਹੜਾ ਕੀਤਾ। ਸਾਡੇ ਨਾਲ ਨਵਨੀਤ ਮੌਜੂਦ ਹੈ। ਨਵਨੀਤ, ਦੂਸਰੀ ਵਾਰੀ ਸਾਨੂੰ ਵੀ ਮੌਕਾ ਮਿਲਿਆ ਤੁਹਾਡੇ ਪਰਿਵਾਰ ਦੇ ਨਾਲ ਜਿਹੜੇ ਇੰਟਰਵਿਊ ਕਰਨ ਦਾ ਅਤੇ ਇਸ ਜਿਹੜਾ ਖੁਸ਼ੀ ਦਾ ਮੌਕਾ ਸਾਂਝਾ ਕਰਨ ਦਾ। ਪਹਿਲਾਂ ਤੁਹਾਡੀ ਵੱਡੀ ਸਿਸਟਰ ਜਿਹੜੀ ਸੀਗੀ ਉਹਨਾਂ ਦੀ ਮੈਰਿਟ ਆਈ ਸੀ ਅਤੇ ਲੱਗਦਾ ਘਰ ਦੇ ਵਿੱਚ ਹੀ ਰੱਖਣੀ ਆਪਾਂ ਮੈਰਿਟ, 10ਵੀਂ ਦੀ ਉਹਨਾਂ ਦੀ ਸੀ ਅਤੇ 10ਵੀਂ ਦੇ ਵਿੱਚ ਤੁਹਾਡੀ ਹੈ। ਮਾਹੌਲ ਕੀ ਰਿਹਾ? ਯਕੀਨ ਸੀਗਾ ਕਿ ਅੱਜ ਜਿਹੜੇ ਨਤੀਜੇ ਆ ਰਹੇ ਆ ਅਤੇ ਮੈਰਿਟ ਦੀ ਲਿਸਟ ਆਪਾਂ ਚੈੱਕ ਕਰੂੰਗੇ ਅਤੇ ਉਹਦੇ ਵਿੱਚ ਮੇਰਾ ਨਾਮ ਆਊਗਾ? ਪਹਿਲਾਂ ਤਾਂ ਕੌਨਫੀਡੈਂਸ ਸੀਗਾ ਮੈਨੂੰ ਵੀ ਹਾਂ ਮੇਰੀ ਮੈਰਿਟ ਆਉਣੀ ਚਾਹੀਦੀ ਆ, ਪਰ ਇੱਕ ਪਾਸੇ ਡਰ ਵੀ ਸੀ ਜੇ ਨਾ ਆਈ ਤਾਂ ਫਿਰ ਕੀ ਟੀਚਰਸ ਨੇ ਸੋਚਣਾ, ਇਹ ਤਾਂ ਇੰਨੀ ਇੰਟੈਲੀਜੈਂਟ ਸੀ ਇਹਦੀ ਮੈਰਿਟ ਕਿਉਂ ਨਹੀਂ ਆਈ, ਇੱਕ ਪਾਸੇ ਇਹ ਵੀ ਡਰ ਸੀ। ਪਰ ਥੈਂਕ ਗੋਡ ਵੀ ਮੈਂ ਮੈਰਿਟ 'ਚ ਆਈ। ਮੈਂ ਬਾਬਾ ਜੀ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਅਤੇ ਪੇਰੈਂਟਸ ਦਾ ਵੀ ਥੈਂਕ ਯੂ ਕਰਦੀ ਹਾਂ, ਟੀਚਰਸ ਦਾ ਵੀ ਥੈਂਕ ਯੂ ਕਰਦੀ ਹਾਂ, ਉਹਨਾਂ ਨੇ ਮੇਰੇ ਨਾਲ ਇੰਨਾ ਸਪੋਰਟਿਵ ਬਿਹੇਵੀਅਰ ਕੀਤਾ, ਇੰਨਾ ਕੋਪਰੇਟ ਕੀਤਾ। ਐਂਡ ਸਭ ਤੋਂ ਪਹਿਲਾਂ ਮੈਂ ਟੀਚਰ ਸਿਸਟਰਸ ਦਾ ਆਪਣਾ ਕਰਨਾ ਚਾਹੁੰਦੀ ਥੈਂਕਸ, ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ। ਅੱਜ ਇਸ ਮੂਮੈਂਟ 'ਤੇ ਮੈਂ ਉਹਨਾਂ ਨੂੰ ਬਹੁਤ ਮਿਸ ਕਰ ਰਹੀ ਹਾਂ ਕਿਉਂਕਿ ਆਪਣੇ ਉਹ ਸਟੱਡੀਜ਼ ਕਰਕੇ ਚੰਡੀਗੜ੍ਹ ਗਏ ਤਾਂ ਇਸ ਮੂਮੈਂਟ 'ਤੇ ਮੇਰੇ ਨਾਲ ਨਹੀਂ ਹੈਗੇ। ਸੋ ਮੈਂ ਥੈਂਕਸ ਹਾਂ, ਬਹੁਤ ਥੈਂਕਫੁਲ ਹਾਂ ਕਿ ਮੈਂ ਮੈਰਿਟ 'ਚ ਆਈ ਹਾਂ। ਬਾਬਾ ਜੀ ਦਾ ਮੈਂ ਥੈਂਕ ਯੂ ਕਰਦੀ ਹਾਂ।
ਅੱਛਾ, ਬਾਅਦ 'ਚ ਰੋਟੀ ਖਾ ਲਈ ਸੀਗੀ? ਜਿਸ ਦਿਨ ਮੰਮੀ ਨੇ ਦੱਸਿਆ ਕਹਿੰਦੇ ਰੋਟੀ ਛੱਡ ਦਿੱਤੀ ਸੀਗੀ ਕੁੜੀ ਨੇ। ਮੈਂ ਰੋਟੀ ਬਹੁਤ ਲੇਟ ਖਾਧੀ, ਨਹੀਂ ਉਸ ਟਾਈਮ ਤੇ ਨਹੀਂ ਸੀ ਖਾਧੀ, ਬਹੁਤ ਲੇਟ ਖਾਧੀ ਸੀ ਰੋਟੀ, 5 ਕੁ ਵਜੇ ਤੱਕ। ਭੁੱਖ ਵੱਧ ਗਈ ਹੋਣੀ ਫਿਰ ਤਾਂ ਜਦੋਂ ਰਿਜ਼ਲਟ ਆ ਗਿਆ। ਹਾਂਜੀ ਭੁੱਖ ਵੱਧ ਗਈ ਸੀ। ਹਾਂਜੀ ਅੱਛਾ, ਪਹਿਲਾਂ ਇਹ ਕੰਗ੍ਰੈਚੁਲੇਸ਼ਨਸ ਫਰੈਂਡ ਵੱਲੋਂ ਆਈ ਹੈ। ਹਾਂਜੀ ਆਪ ਨਹੀਂ, ਆਪਾਂ ਮਤਲਬ ਦੇਖਿਆ ਬਾਅਦ ਵਿੱਚ, ਫਿਰ ਯਕੀਨ ਨਹੀਂ ਹੁੰਦਾ ਸੀਗਾ, ਫਿਰ ਬਾਅਦ 'ਚ ਕਹਿੰਦੇ ਕਨਫਰਮੇਸ਼ਨ ਲੈਣ ਨੂੰ ਆਪਾਂ ਟੀਚਰ ਨੂੰ ਫੋਨ ਕੀਤਾ। ਟੀਚਰ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੇ ਕਿਹਾ ਵੀ ਤੇਰੇ ਵੱਲੋਂ ਪਾਰਟੀ ਹੋਈ ਆ। ਮੈਨੂੰ ਫਿਰ ਵੀ ਨਹੀਂ ਸੀ ਯਕੀਨ ਹੋ ਰਿਹਾ, ਕਹਿੰਦੇ ਹਾਂ ਸੱਚੀ ਤੇਰੇ ਵੱਲੋਂ ਪਾਰਟੀ ਹੋਈ ਆ, ਤੇ ਉਦੋਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਜਿਹਾ ਹੀ ਨਹੀਂ ਰਿਹਾ, ਬਹੁਤ ਖੁਸ਼ ਹੋਈ ਉਦੋਂ, ਤੇ ਬਸ ਇੱਦਾਂ ਸੀ। ਅੱਛਾ, ਇੱਕ ਹੋਰ ਬੜੀ ਇੰਟਰਸਟਿੰਗ ਗੱਲ ਜਿਹੜੀ ਹੁਣ ਤੁਸੀਂ ਦੱਸਿਆ ਸਾਨੂੰ, ਬੱਚੇ ਜਿਹੜੇ ਹੈਗੇ ਆ ਕਈ ਟਿਊਸ਼ਨ ਲੈਂਦੇ ਹੈਗੇ ਆ ਉਹਨੂੰ ਇਸ ਮੁਕਾਮ ਲਈ ਹਾਸਿਲ ਕਰਨ ਲਈ, ਪਰ ਤੁਸੀਂ ਸੈਲਫ ਸਟੱਡੀ ਕਹਿੰਦੇ ਕਰਦੇ ਸੀਗੇ, ਸਾਡਾ ਇਹਦੇ ਹੈਲਪ ਸਿਸਟਰਸ ਤੁਸੀਂ ਕਹਿੰਦੇ ਉਹ ਵੀ ਜਿੱਦਾਂ ਜੋਬ ਕਰ ਰਹੇ ਜਾਂ ਪ੍ਰੈਕਟਿਸ ਕਰ ਰਹੇ ਹੈਗੇ ਆ ਕੁਛ, ਤੇ ਫਿਰ ਕਿੱਦਾਂ ਹੈਲਪ ਕਿੱਦਾਂ ਮੈਨੇਜ ਕਿੱਦਾਂ ਕੀਤਾ ਹੈਗਾ, ਕਿਉਂਕਿ 8th ਦਾ ਰਿਜ਼ਲਟ ਦੇ ਵਿੱਚ ਤੁਸੀਂ ਕਹਿੰਦੇ ਮੈਂ 2 ਜਾਂ 3 ਨੰਬਰ ਤੋਂ ਤੁਹਾਡੀ ਮੈਰਿਟ ਰਹਿ ਗਈ ਸੀਗੀ, ਤੇ ਕਿੰਨੇ ਕੁ ਇਹਨੂੰ ਚੈਲੰਜ ਮੰਨਿਆ ਸੀਗਾ, ਕਿੰਨਾ ਕੁ ਹਾਰਡ ਵਰਕ ਕੀਤਾ? ਹਾਰਡ ਵਰਕ ਬਹੁਤ ਕਰਨਾ ਪਿਆ, ਅਤੇ ਜਿੱਦਾਂ ਤੁਸੀਂ ਪੁੱਛ ਰਹੇ ਹੋ ਵੀ ਸਿਸਟਰਸ ਜੋਬ ਕਰਨੀਆਂ, ਜਦੋਂ ਘਰ ਆਉਂਦੇ ਸੀ ਫਿਰ ਮੈਂ ਉਹਨਾਂ ਨੂੰ ਫੋਨ ਕਰਦੀ ਸੀ ਵੀ ਕਿੱਦਾਂ ਮੈਨੂੰ ਇਹ ਸਮਝ ਨਹੀਂ ਆਇਆ, ਫਿਰ ਉਹ ਮੈਨੂੰ ਫੋਨ 'ਤੇ ਸਮਝਾਉਂਦੇ ਸੀ, ਵੀਡੀਓ ਕਾਲ 'ਤੇ ਸਮਝਾਉਂਦੇ ਸੀ। ਐਂਡ ਸੈਕਿੰਡ ਥਿੰਗ, ਮੇਰਾ ਬ੍ਰਦਰ, ਉਹਦਾ ਮੈਥਸ ਬਹੁਤ ਵਧੀਆ, ਉਹਨੇ ਮੈਥਸ 'ਚ ਮੈਨੂੰ ਬਹੁਤ ਹੈਲਪ ਕੀਤੀ ਆ, ਅਤੇ ਉਹਦਾ ਵੀ ਥੈਂਕਫੁਲ ਹਾਂ ਮੈਂ, ਅਤੇ ਬਸ ਉਹਨਾਂ ਨੇ ਮੇਰੀ ਇੱਦਾਂ ਹੀ ਹੈਲਪ ਕੀਤੀ, ਫੋਨ 'ਤੇ ਹੀ ਕੀਤੀ ਫਿਰ ਹੈਲਪ। ਜੀ ਏਮ ਕੀ ਹੈਗਾ ਹੁਣ ਨੈਕਸਟ? ਏਮ ਮੇਰਾ, ਮੈਂ ਸਿਵਲ ਸਰਵਿਸ 'ਚ ਜਾਣਾ ਚਾਹੁੰਦੀ ਹਾਂ, ਕਿਉਂਕਿ ਮੇਰੇ ਸਿਸਟਰਸ ਵੀ ਉਸ ਲਾਈਨ 'ਚ ਜਾ ਰਹੇ, ਅਤੇ ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਹੀ ਚੱਲ ਰਹੀ ਹਾਂ ਹੁਣ। ਚਲੋ ਫਾਦਰ ਸਾਹਿਬ ਨਾਲ ਗੱਲ ਕਰਦੇ ਹਾਂ, ਕੁਛ ਗਿਲਾ ਹੈਗਾ ਉਹਨਾਂ ਨੂੰ ਉਹ ਜ਼ਰੂਰ ਸਾਂਝਾ ਕਰੂੰਗੇ, ਕਿਉਂਕਿ ਦੂਸਰੀ ਵਾਰੀ ਮੌਕਾ ਸਾਨੂੰ ਮਿਲਿਆ ਤੁਹਾਡੇ ਨਾਲ ਗੱਲ ਕਰਨ ਦਾ, ਪਹਿਲਾਂ ਨਹੀਂ ਹੁਣ, ਕਿਉਂਕਿ ਕੁਛ ਦੱਸਿਆ ਤੁਸੀਂ, ਕੁਛ ਗਿਲਾ ਸ਼ਿਕਵਾ ਵੀ ਹੈਗਾ ਜੇ ਬੱਚਾ ਪੜ੍ਹਨ ਵਾਲਾ ਹੈਗਾ। ਸਰਕਾਰਾਂ ਦਾਅਵੇ ਤਾਂ ਕਰਦੀਆਂ ਹੈਗੀਆਂ ਕਿ ਅਸੀਂ ਜਿਹੜਾ ਸਿੱਖਿਆ ਦਾ ਮਿਆਰ ਉੱਚਾ ਚੱਕ ਰਹੇ ਹਾਂ, ਬੱਚਿਆਂ ਦੀ ਹੈਲਪ ਕਰ ਰਹੇ ਹਾਂ, ਸਿਹਤ ਸਹੂਲਤਾਂ ਦੇ ਰਹੇ ਹਾਂ, ਪਰ ਬੱਚੇ ਜਿਹੜੇ ਆ ਵਿਦੇਸ਼ਾਂ ਦਾ ਰੁੱਖ ਕਰਦੇ ਆ, ਜਿਹੜਾ ਟੈਲੈਂਟਡ ਹੈਗਾ, ਜਿਹੜਾ ਸਾਡਾ ਟੈਲੈਂਟ ਹੈਗਾ ਉਹ ਤਾਂ ਵਿਦੇਸ਼ ਨੂੰ ਜਾ ਰਿਹਾ, ਜਿਹੜਾ ਦੂਸਰੇ ਰਹਿ ਜਾਂਦੇ ਆ, ਸਾਡੇ ਕੋਲ ਅਮਲੀ ਬਣ ਜਾਂਦੇ ਆ ਜਾਂ ਕੋਈ ਡਰੱਗੀ ਬਣ ਜਾਂਦੇ ਹੈਗੇ ਜਾਂ ਲੁੱਟਾਂ ਖੋਹ ਵਾਲੇ ਆ, ਉਹ ਸਾਡੇ ਪੱਲੇ ਪੈ ਜਾਂਦੇ ਇੱਥੇ, ਅਤੇ ਹੁਣ ਹਾਲਾਤ ਵੀ ਆਪਾਂ ਦੇਖਦੇ ਕੀ ਹੈ, ਕੀ ਸ਼ਿਕਵਾ ਕੀ ਹੈਗਾ, ਕਿਉਂਕਿ ਬੱਚੇ ਤੁਹਾਡੇ ਟੈਲੈਂਟਡ ਹੈ, ਦੂਸਰੀ ਵਾਰੀ ਸਾਨੂੰ ਵੀ ਮੌਕਾ ਮਿਲਿਆ, ਅੱਗੇ ਪੜ੍ਹਨਾ ਚਾਹੁੰਦੇ, ਹਾਇਰ ਸਟੱਡੀ ਲੈਣਾ ਚਾਹੁੰਦੇ, ਫਾਈਨੈਂਸ਼ਲੀ ਤੁਸੀਂ ਦੱਸਦੇ ਪਏ ਹੋ ਕਿ ਕਿਸੇ ਨੇ ਕੋਈ ਹੈਲਪ ਨਹੀਂ ਕਰਦਾ ਹੈਗਾ, ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ? ਜੀ ਸਰ, ਸੋ ਮੈਂ ਇੱਥੇ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਵੀ ਇਸ ਤੋਂ ਵੀ ਪਹਿਲਾਂ ਜਦੋਂ ਤੁਸੀਂ ਦੱਸਿਆ ਵੀ ਆਏ ਸੀਗੇ, ਅਤੇ ਉਸ ਤੋਂ ਪਹਿਲਾਂ ਮੇਰੀ ਜਿਹੜੀ ਬੇਟੀ ਸੀਗੀ ਉਹ ਡਿਸਟ੍ਰਿਕਟ 'ਚੋਂ ਫਸਟ ਆਈ ਸੀਗੀ 10ਵੀਂ 'ਚੋਂ 10th 'ਚੋਂ, ਅਤੇ ਉਦੋਂ ਵੀ ਉਸ ਤੋਂ ਬਾਅਦ ਵੀ ਉਹਨੂੰ ਕੋਈ ਸਕੋਲਰ ਜਾਂ ਗੌਰਮੈਂਟ ਵੱਲੋਂ ਕੋਈ ਵੀ ਇੱਦਾਂ ਦੀ ਸੁੱਖ ਸੁਵਿਧਾ ਜਾਂ ਸਹੂਲਤ ਨਹੀਂ ਮਿਲੀ। ਅਤੇ ਜੇ ਕਿਹਾ ਜਾਵੇ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਬੱਚਿਆਂ ਦੇ ਵਿੱਚ ਕੋਈ ਟੈਲੈਂਟ ਨਹੀਂ, ਟੈਲੈਂਟ ਨਾਲ ਬੱਚੇ ਸਾਰੇ ਭਰੇ ਹੋਏ ਆ, ਕੋਈ ਇੱਦਾਂ ਦੀ ਗੱਲ ਨਹੀਂ, ਪਰ ਸਰਕਾਰ ਕਿਸੇ ਬੱਚੇ ਦੀ ਬਾਂਹ ਫੜਨ ਨੂੰ ਜਾਂ ਕੋਈ ਵੀ ਸੁਸਾਇਟੀਆਂ ਜਾਂ ਕੋਈ ਆਪਣੇ ਕਹਿ ਲਓ ਸੰਸਥਾਵਾਂ ਆ, ਉਹ ਪੜ੍ਹਨ ਲਿਖਣ ਵਾਲੇ ਬੱਚਿਆਂ ਦੀਆਂ ਮਦਦ ਕਰਨ ਨੂੰ ਅੱਗੇ ਤਿਆਰ ਨਹੀਂ ਹੁੰਦੀਆਂ। ਹੋਰ ਕੁਛ ਕੰਮ ਹੋਣ ਤਾਂ ਉਹਨਾਂ ਲਈ ਮਦਦ ਬਹੁਤ ਕਰ ਸਕਦੇ ਪੈਸੇ ਇਕੱਠੇ ਕਰਕੇ, ਪਰ ਅਗਰ ਕੋਈ ਬੱਚਾ ਪੜ੍ਹਨ ਵਾਲਾ ਉਹਦੇ ਲਈ ਕੋਈ ਪੈਸੇ ਇਕੱਠੇ ਕਰਕੇ ਉਹਨੂੰ ਫੰਡ ਦੇ ਕੇ ਉਹਨੂੰ ਪੜ੍ਹਾਉਣਾ, ਜਾਂ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ, ਸਿਰਫ ਇੱਕ ਸਿਆਸਤ 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 ਤੋਂ ਇਲਾਵਾ ਉਹਨਾਂ ਨੂੰ ਕੁਛ ਨਹੀਂ ਆਉਂਦਾ। ਅਤੇ ਪਿਛਲੀ ਵਾਰ ਵੀ ਸਾਨੂੰ ਕਿਸੇ ਵੀ ਸੰਸਥਾ ਨੇ ਜਾਂ ਕਿਸੇ ਵੀ ਮੂੰਹਤਵਾਰ ਵਿਅਕਤੀ ਨੇ ਜਾਂ ਸਰਕਾਰੀ ਨੁਮਾਇੰਦੇ ਨੇ ਆ ਕੇ ਸਾਨੂੰ ਵਿਸ਼ ਕਰਨਾ ਵੀ ਮਨਸਰ ਨਹੀਂ ਸਮਝਿਆ ਵੀ ਅਸੀਂ ਉਹਨਾਂ ਨੂੰ ਵਧਾਈਆਂ ਦੇ ਆਈਏ।
ਅਤੇ ਨਾ ਕੋਈ ਸਾਨੂੰ ਸਕੋਲਰ ਮਿਲੀ ਉਸ ਬੱਚੇ ਲਈ। ਠੀਕ ਹੈ ਤੰਗੀ ਆ ਅਸੀਂ, ਪਰ ਸਾਡਾ ਇੱਕ ਫਰਜ਼ ਬਣਦਾ ਮਾਂ ਬਾਪ ਦਾ ਬੱਚਿਆਂ ਨੂੰ ਪੜ੍ਹਾਉਣਾ, ਉਹ ਜਿੰਨਾ ਕੁ ਸਾਡੇ ਤੋਂ ਹੁੰਦਾ ਅਸੀਂ ਅਦਾ ਕਰੀ ਜਾਂਦੇ ਹਾਂ। ਬਾਕੀ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰੀਆ ਵੀ ਉਹ ਬੱਚਿਆਂ ਨੂੰ ਸਤਬੁੱਧੀ ਬਖਸ਼ਦਾ, ਸਾਨੂੰ ਉੱਦਮ ਦਿੰਦਾ, ਭਾਈਚਾਰਾ ਵੀ। ਕੁਛ ਬੰਦਿਆਂ ਨੇ ਮੈਂ ਨਾਮ ਨਹੀਂ ਲੈ ਸਕਦਾ ਜਿਨ੍ਹਾਂ ਨੇ ਸਾਡੀ ਬਹੁਤ ਹੈਲਪ ਕੀਤੀ ਬੱਚਿਆਂ ਨੂੰ ਪੜ੍ਹਨ ਦੇ ਵਿੱਚ, ਪਰ ਉਹਨਾਂ ਦੀ ਸ਼ਰਤ ਇਹੀ ਸੀ ਵੀ ਅਸੀਂ ਹੈਲਪ ਤਾਂ ਕਰਾਂਗੇ ਜੇ ਤੁਸੀਂ ਸਾਡਾ ਨਾਮ ਕਿਸੇ ਕੋਲ ਨਹੀਂ ਦੱਸਣਾ। ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਡੀ ਮਦਦ ਕੀਤੀ, ਬੱਚਿਆਂ ਦੀਆਂ ਫੀਸਾਂ ਵੀ ਕਈ ਵਾਰ ਦਿੱਤੀਆਂ ਉਹਨਾਂ ਨੇ, ਤਾਂ ਕਿ ਸਾਡੇ ਬੱਚੇ ਹੁਣ, ਮੈਂ ਤਾਂ ਇਹ ਕਹੂੰਗਾ ਵੀ ਉਹਨਾਂ ਦੀ ਬਦੌਲਤ ਹੀ ਸਾਡੇ ਬੱਚੇ ਇਸ ਮੁਕਾਮ ਤੱਕ ਆ ਰਹੇ ਆ। ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਉਹਨਾਂ ਦੀ ਨੇਕ ਕਮਾਈ 'ਚ ਵਾਧਾ ਵਰਤ। ਜਸਮੀਤ ਸਿੰਘ ਜੀ, ਜਿਹੜੀ ਬੜੀ ਵੱਡੀ ਗੱਲ ਤੁਸੀਂ ਕੀਤੀ ਹੈ, ਕਈ ਵਾਰੀ ਕਈ ਹੁੰਦੇ ਆ ਅਹਿਸਾਨ ਫਰਾਮੋਸ਼ ਵੀ ਜਿਹੜਾ ਬੰਦਾ ਹੋ ਜਾਂਦਾ ਕਿ ਹੁਣ ਸਾਡਾ ਮੁਕਾਮ ਉੱਚਾ ਹਾਸਲ ਹੋ ਗਿਆ, ਉਸ ਬੰਦੇ ਦਾ ਜ਼ਿਕਰ ਨਹੀਂ ਕਰਨਾ ਹੈਗਾ ਜਿਹਨਾਂ ਨੇ ਸਾਡੀ ਬਾਂਹ ਫੜੀ ਹੋਵੇ। ਪਰ ਹੁਣ ਜਿੱਦਾਂ ਤੁਸੀਂ ਦੱਸਿਆ, ਤੁਹਾਡੀ ਸਭ ਤੋਂ ਵੱਡੀ ਬੇਟੀ ਹੈ, ਐਡਵੋਕੇਟ ਹੈ, ਜੁਡੀਸ਼ਲੀ ਕਰ ਰਹੀ ਹੈਗੀ ਹੈ, ਫਿਰ ਸੈਕਿੰਡ ਨੰਬਰ ਵਾਲੀ ਬੇਟੀ ਹੈ, ਯੂ ਜੀ ਕਰ ਰਹੇ ਹੈ, ਅਤੇ ਫਿਰ ਹੁਣ ਤੀਜੀ ਬੇਟੀ ਵੀ ਜਿਹੜੇ ਸਿਵਲ ਲਾਈਨ ਦੇ ਵਿੱਚ ਤੁਸੀਂ ਕਹਿੰਦੇ ਜਾਣਾ ਚਾਹੁੰਦੇ ਸਿਵਲ ਸਰਵਿਸ, ਅਤੇ ਹੁਣ ਵੀ ਜਿਹੜੇ ਹੈ ਹਾਇਰ ਸਟੱਡੀ ਦੇ ਵਿੱਚ ਕਾਫ਼ੀ ਜਿਹੜੇ ਪੈਸੇ ਤੋਂ ਬਿਨਾਂ ਕਹਿੰਦੇ ਕੋਈ ਕੰਮ ਨਹੀਂ ਹੈਗਾ, ਚਾਹੇ ਪੜ੍ਹਾਈ ਲੈ ਲਓ ਚਾਹੇ ਕਿਸੇ ਵੀ ਮੁਕਾਮ ਦੇ ਵਿੱਚ ਆਪਾਂ ਪਹੁੰਚਣਾ ਹੋਵੇ ਅਤੇ ਪੈਸੇ ਦੀ ਜਿਹੜੀ ਲੋੜ ਸਭ ਤੋਂ ਵੱਧ ਰਹਿੰਦੀ ਹੈਗੀ ਹੈ, ਕੀ ਅਪੀਲ, ਕਿਉਂਕਿ ਬੱਚੇ ਪੜ੍ਹਨ ਵਾਲੇ ਆ, ਅਸੀਂ ਵੀ ਨਹੀਂ ਚਾਹੁੰਦੇ ਹੈਗੇ ਕਿ ਕੋਈ ਬੱਚਾ ਜਿਹੜਾ ਟੈਲੈਂਟਡ ਹੋਵੇ ਉਹ ਪੈਸੇ ਦੇ ਦੁੱਖੋਂ ਮਾਰ ਖਾਵੇ ਜਾਂ ਪੈਸੇ ਦੇ ਦੁੱਖੋਂ ਕਿਤੇ ਸਟੱਡੀ ਦੇ ਪਿੱਛੇ ਪਿੱਛੇ ਰਹਿ ਜਾਵੇ। ਕੋਈ ਕਿਸੇ ਤਰੀਕੇ ਦੀ ਤੁਹਾਨੂੰ ਕੋਈ ਹੈਲਪ ਦੀ ਲੋੜ ਹੋਵੇ, ਬਿਨਾਂ ਝਿਜਕ ਤੁਸੀਂ ਕਿਸੇ ਤੋਂ ਅਪੀਲ ਜਾਂ ਕੋਈ ਵੀ ਹੈਲਪ ਦੀ ਕੋਈ ਵੀ ਡਿਮਾਂਡ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰ ਕਰੋ, ਕਿਉਂਕਿ ਇੱਥੇ ਇਹ ਕਹਿ ਦਈਏ ਦਾਨਵੀਰਾਂ ਦੀ ਵੀ ਕਮੀ ਨਹੀਂ ਹੈਗੀ, ਜੇ ਧਾਰਮਿਕ ਕੰਮਾਂ ਦੇ ਲਈ ਲੋਕ ਅੱਗੇ ਆ ਸਕਦੇ ਤਾਂ ਇਹ ਵੀ ਇੱਕ ਜਿਹੜਾ ਵਿੱਦਿਆ ਦਾ ਦਾਨ ਹੈ ਆਪਾਂ ਕਹਿ ਸਕਦੇ ਹਾਂ, ਕਿਉਂਕਿ ਇਹ ਵੀ ਕੁਛ ਸਾਡੇ ਸੱਜਣ ਇੱਧਰ ਦੇ ਆ, ਅਸੀਂ ਵੀ ਸਾਡੇ ਨਾਲ ਕਦੀ ਗੱਲ ਸ਼ੇਅਰ ਪਹਿਲਾਂ ਹੋਈ ਹੁੰਦੀ, ਜ਼ਰੂਰ ਤੁਹਾਡੇ ਜਿਹੜਾ ਇਹ ਮੁਸ਼ਕਲ ਸੀਗੀ, ਅਸੀਂ ਵੀ ਹੈਲਪ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ। ਜੇ ਕਿਸੇ ਤਰੀਕੇ ਦੀ ਕੋਈ ਲੋੜ ਹੈਗੀ ਹੈ ਤਾਂ ਜ਼ਰੂਰ ਤੁਸੀਂ ਅਪੀਲ ਜ਼ਰੂਰ ਕਰੋ, ਬੇਝਿਜਕ ਕਰੋ ਅਸੀਂ ਕਹਿੰਦੇ। ਨਹੀਂ ਜੀ, ਮੈਂ ਅਪੀਲ, ਮੈਂ ਪਰਸਨਲੀ ਆਪਣੇ ਤੌਰ 'ਤੇ ਮੈਂ ਆਪਣੇ ਬੱਚੇ ਲਈ ਨਹੀਂ ਕਰੂੰਗਾ। ਮੈਂ ਤਾਂ ਜੋ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ, ਬਹੁਤ ਬੱਚੇ ਨੇ ਇੰਟੈਲੀਜੈਂਟ, ਬਹੁਤ ਬੱਚੇ ਨੇ ਪੜ੍ਹਨ ਵਾਲੇ, ਉਹਨਾਂ ਨੂੰ ਫੰਡ ਦੀ, ਪੈਸਿਆਂ ਦੀ, ਫੀਸਾਂ ਦੀ ਬਹੁਤ ਲੋੜ ਆ। ਇਹ ਨਹੀਂ ਮੈਂ ਆਪਣੇ ਕਰਕੇ, ਤੁਸੀਂ ਆਪਣੇ ਮੁਹੱਲੇ, ਆਪਣੇ ਸ਼ਹਿਰ, ਆਪਣੇ ਬਾਜ਼ਾਰ ਦੇ ਵਿੱਚ ਹੋਰ ਬੱਚੇ ਵੀ ਦੇਖੋ ਜਿਹਦੀ ਮਦਦ ਦੇਖੋ। ਜਿਸ ਤਰ੍ਹਾਂ ਹੁਣ ਮੈਂ ਕਹਾਂ ਮੇਰੇ ਕੁਛ ਰੈਲੇਟਿਵ ਮੇਰੇ ਬੱਚਿਆਂ ਦੀ ਹੈਲਪ ਕਰ ਰਹੇ ਨੇ, ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਉਹ ਗਾਂਹ ਵੀ ਮੇਰੀ ਕਰਨਗੇ, ਮੇਰੇ ਬੱਚਿਆਂ ਦਾ ਹੋ ਸਕਦਾ ਹੋ ਸਕੇ ਮਸਲਾ ਹੱਲ ਹੋ ਜੂਗਾ। ਪਰ ਜਿਹੜੇ ਹੋਰ ਬੱਚੇ ਆ ਇੰਟੈਲੀਜੈਂਟ, ਉਹਨਾਂ ਨੂੰ ਨਹੀਂ, ਮੈਂ ਇਸ ਮਾਧਿਅਮ, ਤੁਹਾਡੇ ਮਾਧਿਅਮ ਦੇ ਰਾਹੀਂ ਇਹ ਕਹਿਣਾ ਚਾਹੁੰਦਾ, ਚਲੋ ਕਮ ਸੇ ਕਮ ਉਹਨਾਂ ਬੱਚਿਆਂ ਦੇ ਲਈ ਤਾਂ ਤੁਸੀਂ ਜ਼ਰੂਰ ਸੋਚੋ। ਔਰ ਸਰਕਾਰ ਲਈ ਮੈਂ ਇਹ ਜ਼ਰੂਰ ਕਹੂੰਗਾ ਵੀ ਉਸ ਤਰ੍ਹਾਂ ਸਰਕਾਰ ਕਹਿੰਦੀ ਬੱਚੇ ਬਾਹਰ ਜਾ ਰਹੇ, ਬੱਚੇ ਜਾ, ਅਗਰ ਤੁਸੀਂ ਬੱਚਿਆਂ ਦੀ ਬਾਂਹ ਜੇ ਸਰਕਾਰ ਵੀ ਫੜ ਲਵੇ ਤਾਂ ਮੇਰੇ ਖਿਆਲ ਵੀ ਬਹੁਤ ਹੱਦ ਤੱਕ ਬੱਚੇ ਜਿਹੜੇ ਬਾਹਰ ਜਾਣੋਂ ਹਟ ਜਾਣਗੇ, ਉਹਨਾਂ ਨੂੰ ਪੜ੍ਹਾਈ ਦੇ ਵਿੱਚ ਵਧੀਆ ਕੋਈ ਐਜੂਕੇਸ਼ਨ ਮਿਲੇ, ਉਹਨਾਂ ਨੂੰ ਰੁਜ਼ਗਾਰ ਮਿਲੇ, ਉਹਨਾਂ ਨੂੰ ਨੌਕਰੀਆਂ ਮਿਲਣ, ਤਾਂ ਮੇਰੇ ਖਿਆਲ ਬਹੁਤ ਬੱਚੇ ਆ ਵੀ ਬਾਹਰ ਜਾਣ ਨੂੰ ਤਿਆਰ ਨਹੀਂ। ਕੋਈ ਵੀ ਬੱਚਾ ਜਾਂ ਪੇਰੈਂਟਸ ਜਿਹੜੇ ਆ ਖੁਸ਼ੀ ਨਾਲ ਬਾਹਰ ਨਹੀਂ ਜਾ ਰਹੇ, ਮਜਬੂਰੀ 'ਚ ਜਾ ਰਹੇ। ਜੇ ਸਰਕਾਰ ਇੱਥੇ ਸਾਥ ਦੇਗੀ ਤਾਂ ਕੋਈ ਬੱਚਾ, ਮਤਲਬ ਕਿ 50% ਤਾਂ ਬੱਚੇ ਨਹੀਂ ਬਾਹਰ ਜਾਣ ਨੂੰ ਤਿਆਰ। ਜੇ ਅਗਰ ਤੁਸੀਂ ਸਾਡੀ ਫੈਮਿਲੀ ਦੀ ਗੱਲ ਕਰੋ ਜਾਂ ਮੈਂ ਕੁਛ ਬਹੁਤ ਨੋਨ ਪਰਸਨਸ ਨੂੰ ਜਾਣਦਾ, ਉਹ ਕਹਿੰਦੇ ਨਹੀਂ ਅਸੀਂ ਬੱਚੇ ਬਾਹਰ ਨਹੀਂ ਭੇਜਣ। ਤੁਹਾਨੂੰ ਇੱਕ ਬੜੀ ਹੈਰਾਨੀ ਦੀ ਗੱਲ ਇੱਕ ਮੈਂ ਹੋਰ ਸ਼ੇਅਰ ਤੁਹਾਡੇ ਨਾਲ ਕਰੂੰਗਾ ਵੀ ਸਾਡੀ ਫੈਮਿਲੀ ਦੇ ਕੋਲ ਅੱਜ ਤੱਕ ਅਸੀਂ ਸਾਡੇ ਕੋਲ ਪਾਸਪੋਰਟ ਵੀ ਨਹੀਂ ਹੈਗੇ। ਅਸੀਂ ਫੈਮਿਲੀ ਦੇ 6 ਮੈਂਬਰ ਹਾਂ, ਸਾਡੇ ਕੋਈ ਪਾਸਪੋਰਟ ਨਹੀਂ, ਸਾਡੇ ਮਨ ਦੇ ਵਿੱਚ ਕੋਈ ਚਾਹਤ ਨਹੀਂ, ਕੋਈ ਖਾਹਿਸ਼ ਨਹੀਂ ਵੀ ਅਸੀਂ ਬਾਹਰ ਜਾਈਏ। ਨਹੀਂ, ਸਾਡੇ ਕੋਲ ਸਾਡਾ ਦੇਸ਼, ਸਾਡਾ ਸੂਬਾ, ਸਾਡਾ ਸ਼ਹਿਰ, ਸਾਡਾ ਮੁਹੱਲਾ,
ਬਹੁਤ ਵਧੀਆ ਆ, ਅਸੀਂ ਇਹਦੇ ਵਿੱਚ ਹੀ ਰਵਾਂਗੇ, ਇਹ 'ਚ ਹੀ ਵਸਾਂਗੇ। ਜੇ ਸਾਨੂੰ ਪਰਮਾਤਮਾ ਨੇ ਬਾਹਰ ਲਿਜਾਣਾ ਤਾਂ ਸਾਨੂੰ ਬਾਹਰਲੇ ਦੇਸ਼ 'ਚ ਪੈਦਾ ਕਰ ਸਕਦਾ ਸੀ, ਜੇ ਸਾਨੂੰ ਉਸ ਦੇਸ਼ ਸਾਡੇ ਆਪਣੇ ਦੇਸ਼ 'ਚ ਪੈਦਾ ਕੀਤਾ, ਸਾਨੂੰ ਸਾਡੇ ਦੇਸ਼ ਲਈ ਹੀ ਪੈਦਾ ਕੀਤਾ ਸੀ, ਆਪਣੇ ਦੇਸ਼ ਦੀ, ਆਪਣੀ ਕੌਮ ਦੀ, ਆਪਣੇ ਜੋ ਵੀ ਹੈਗਾ ਆ ਭਾਈਚਾਰਾ, ਉਹਦੀ ਸੇਵਾ ਕਰਾਂਗੇ। ਅਤੇ ਉਮੀਦ ਕਰਦੇ ਹਾਂ ਵੀ ਭਾਈਚਾਰਾ ਵੀ ਸਾਡਾ ਸਾਥ ਪੂਰਾ ਦੇ ਰਿਹਾ ਅਤੇ ਅਗਾਂਹ ਵੀ ਸਾਨੂੰ ਉੱਦਾਂ ਹੀ ਸਾਥ ਦਿੰਦਾ ਰਹੂਗਾ। ਅਤੇ ਸਾਡੇ ਇਜ਼ਤ ਕਰਦੇ, ਸਾਡੇ ਜਿਹੜੇ ਬੱਚੇ ਆਪਣੀਆਂ ਮੰਜ਼ਿਲਾਂ ਤੈਅ ਕਰਨਗੇ। ਅਤੇ ਮੈਂ ਤੁਹਾਡੇ ਤੋਂ ਇਹ ਆਸ਼ੀਰਵਾਦ ਜ਼ਰੂਰ ਚਾਹੁੰਦਾ ਵੀ ਮਹਾਰਾਜ ਵੀ ਸਾਡੇ ਬੱਚਿਆਂ ਨੂੰ ਸਦਬੁੱਧੀ ਬਖਸ਼ੇ। ਖਾਸ ਕਰਕੇ ਮੈਂ ਰੀਹੀ ਜੀ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਦੋਂ ਮਨ ਉਦਾਸ ਹੁੰਦਾ ਉੱਥੇ ਜਾ ਕੇ ਮੈਂ ਨਤਮਸਤਕ ਹੁੰਦਾ, ਮੱਥਾ ਟੇਕਦਾ, ਅਰਦਾਸ ਕਰਦਾ। ਗੁਰਦੁਆਰਾ ਗੁਰੂ ਨਾਨਕ ਦਰਬਾਰ ਜੀ ਆ, ਉੱਥੇ ਮੈਂ ਮੱਥਾ ਟੇਕਦਾ। ਸਾਡੀ ਪਿੰਡ ਜਗ੍ਹਾ ਰਾਣੀਪੁਰ ਆ, ਅਸੀਂ ਪਿਛੋਕੜ ਰਾਣੀਪੁਰ ਤੋਂ ਬਿਲੋਂਗ ਕਰਦੇ ਹਾਂ, ਉੱਥੇ ਜਾ ਕੇ ਅਰਦਾਸ ਕਰੀਦੀ ਆ। ਸੁਣਦੇ ਨੇ, ਰੱਬ ਵੀ ਸੁਣਦਾ। ਕਿੱਦਾਂ ਕਹਿੰਦੇ ਹੁੰਦੇ ਜੇ ਮਾੜੇ ਬੰਦੇ ਦੀ ਕੋਈ ਬੰਦਾ ਨਹੀਂ ਸੁਣਦਾ, ਰੱਬ ਜ਼ਰੂਰ ਸੁਣਦਾ, ਪਰਮਾਤਮਾ ਮੇਰੀ ਸੁਣਦਾ। ਉਹ ਬੰਦੇ ਜਿਹੜੇ ਸਾਡੀ ਹੈ ਮਦਦ ਕਰਦੇ, ਰੱਬ ਬਣ ਕੇ ਮੇਰੇ ਲਈ ਪੌੜਦੇ ਨੇ। ਅਤੇ ਇਸ ਲਈ ਮੈਂ ਪਰਮਾਤਮਾ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਉਹਨਾਂ ਬੰਦਿਆਂ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹੜੇ ਮੇਰੀ ਮਦਦ ਕਰ ਜਾਂਦੇ ਨੇ। ਧੰਨਵਾਦ, ਧੰਨਵਾਦ ਜੀ, ਮੁਬਾਰਕਾਂ ਸਾਰੇ ਪਰਿਵਾਰ ਨੂੰ। ਸੁਣਿਆ ਤੁਸੀਂ ਜਿਹੜੀ ਇਸ ਖੁਸ਼ੀ ਦੇ ਪਿੱਛੇ ਕੁਛ ਗਮ ਵੀ ਹੁੰਦੇ ਆ, ਉਹ ਬਿਆਨ ਨਹੀਂ ਕੋਈ ਕਰ ਸਕਦਾ, ਪਰ ਕਸ਼ਮੀਰ ਸਿੰਘ ਹੋਣਾ ਨੇ ਖੁੱਲ੍ਹ ਕੇ ਦਿਲ ਦੀ ਗੱਲ ਦੱਸੀ ਹੈ, ਕੋਈ ਲੁਕੋ ਨਹੀਂ ਕੀਤਾ ਹੈਗਾ, ਕਿਉਂਕਿ ਇੱਥੇ ਦਿਖਾਵੇ ਵਾਲੀ ਦੁਨੀਆ ਕਾਫੀ ਹੈ ਕਿ ਆਪਣੀ ਜਿਹੜੀ ਅਸਲੀਅਤ ਹੈ ਉਹ ਲੁਕਾਉਂਦੀ ਹੈ, ਪਰ ਇਹਨਾਂ ਨੇ ਸਾਰਾ ਆਪਣਾ ਦਿਲ ਦਾ ਜਿਹੜਾ ਸੀਗਾ ਉਹ ਸਾਂਝਾ ਵੀ ਕੀਤਾ ਹੈ। ਅਤੇ ਅਪੀਲ ਇੱਕ ਬੜੀ ਵਧੀਆ ਕੀਤੀ ਹੈ ਕਿ ਆਪਣੇ ਬੱਚਿਆਂ ਦੇ ਲਈ ਨਹੀਂ, ਕਈ ਉਹ ਸਟੂਡੈਂਟ ਰਹਿ ਜਾਂਦੇ ਆ ਜੋ ਫਾਈਨੈਂਸ਼ਲੀ ਕਮਜ਼ੋਰ ਹੁੰਦੇ ਆ ਪਰ ਪੜ੍ਹਨ ਵਾਲੇ ਹੁੰਦੇ ਆ। ਐਨ ਜੀ ਓ ਨੂੰ ਅਪੀਲ ਹੈ, ਸ਼ਹਿਰ ਦੇ ਧਾਰਮਿਕ ਸੰਸਥਾਵਾਂ ਨੂੰ, ਸੁਸਾਇਟੀਆਂ ਨੂੰ ਇਹ ਅਪੀਲ ਜ਼ਰੂਰ ਹੈ ਕਿ ਉਹ ਬੱਚਿਆਂ ਦੀ ਬਾਂਹ ਜ਼ਰੂਰ ਫੜੀ ਜਾਵੇ ਜਿਹੜੇ ਫਾਈਨੈਂਸ਼ਲੀ ਕਮਜ਼ੋਰ ਹੈ ਪਰ ਪੜ੍ਹਨ ਦੇ ਵਿੱਚ ਹੁਸ਼ਿਆਰ ਹੈ, ਤਾਂ ਕਿ ਕੋਈ ਬੱਚਾ ਆਪਣਾ ਭਵਿੱਖ ਜਿਹੜਾ ਆ ਉਹ ਫਾਈਨੈਂਸ਼ਲੀ ਤੌਰ 'ਤੇ ਆਪਣਾ ਨਾ ਗੰਦਲਾ ਕਰੇ, ਨਾ ਉਹ ਇਸ ਬੱਚੇ ਪਿੱਛੇ ਰਹਿ ਜਾਵੇ ਕਿ ਉਹ ਫਾਈਨੈਂਸ਼ਲੀ ਮਦਦ ਨਹੀਂ ਹੋ ਸਕੀ ਅਤੇ ਪੜ੍ਹਾਈ ਦੇ ਦੁੱਖੋਂ ਉਹ ਪਿੱਛੇ ਰਹਿ ਗਏ, ਕਿਉਂਕਿ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਆ, ਇਮਾਰਤਾਂ ਆਪਾਂ ਖੜ੍ਹੀਆਂ ਕਰ ਦਿੰਦੇ, ਚਾਹੇ ਕਿਸੇ ਵੀ ਧਰਮ ਨਾਲ ਹੋਵੇ ਸੰਬੰਧਿਤ, ਅਸੀਂ ਉਹਦੇ ਵੀ ਖਿਲਾਫ਼ ਨਹੀਂ ਹੈਗੇ, ਪਰ ਇਹ ਅਪੀਲ ਜ਼ਰੂਰ ਕਰਦੇ ਹਾਂ ਸਿਹਤ ਸਹੂਲਤ ਸਿੱਖਿਆ ਇਹਨੂੰ ਲੈ ਕੇ ਵੀ ਐਨ ਜੀ ਓ ਅਤੇ ਸੰਸਥਾਵਾਂ ਜ਼ਰੂਰ ਬਣਨੀਆਂ ਚਾਹੀਦੀਆਂ ਜਿਹੜੇ ਇੱਦਾਂ ਦੇ ਬੱਚਿਆਂ ਦੀ ਬਾਂਹ ਜ਼ਰੂਰ ਫੜੇ ਜਿਹੜੇ ਪੜ੍ਹਨ ਦੇ ਵਿੱਚ ਹੁਸ਼ਿਆਰ ਹੈ। ਹਨ ਇਹਦੇ ਨਾਲ ਮਨੀਸ਼ ਬਾਵਾ ਗੁਰਾ ਹੈ।